ਦਾ ਸਾਰਿਆਂ ਨੂੰ ਅੱਜ ਆਪਾਂ ਬਣਾ ਜਾ ਰਹੇ ਹਾਂ ਗੋਲ ਗੱਪੇ ਵੇਖੋ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਆ ਸੌਸ ਵੀ ਕਾਂਜੀ ਵੀ ਹਰੇਕ ਚੀਜ਼ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਚਲੋ ਆਪਾਂ ਸੂਜੀ ਅਤੇ ਆਟੇ ਦੇ ਗੋਲ ਗੱਪੇ ਬਣਾਉਂਦੇ ਹਾਂ ਅੱਜ ਦੀ ਰੈਸਪੀ ਹੈ ਸਸਕਾ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸੂਜੀ ਅਤੇ ਆਟੇ ਦੇ ਗੋਲ ਗੱਪੇ ਇੱਕ ਕੱਪ ਮੈਂ ਆਹ ਵਾਲਾ ਲਿਆ ਹੋਇਆ ਰਵੇ ਦਾ ਅਤੇ ਇੱਦਾਂ ਹੀ ਅੱਧਾ ਕੱਪ ਮੈਂ ਲਿਆ ਹੋਇਆ ਆਟੇ ਦਾ ਅਤੇ ਇਹਨਾਂ ਦੋਵਾਂ ਨੂੰ ਆਪਾਂ ਹੁਣ ਮਿਕਸ ਕਰ ਲਿਆ ਅਤੇ ਹੁਣ ਆਪਾਂ ਇਹਨੂੰ ਕੋਸੇ ਕੋਸੇ ਪਾਣੀ ਦੇ ਵਿੱਚ ਗੁੰਨਾਂਗੇ ਆਪਾਂ ਹੁਣ ਇਹਨੂੰ ਕੋਸੇ ਦੇ ਵਿੱਚ ਪਾਣੀ 'ਚ ਗੁੰਨ ਲਿਆ ਆ ਅਤੇ ਇਹਨਾਂ ਨੂੰ ਆਪਾਂ ਗੁੰਨ ਕੇ ਅਤੇ ਅੱਧੇ ਘੰਟੇ ਵਾਸਤੇ ਇਹਨੂੰ ਆਪਾਂ ਰੈਸਟ 'ਤੇ ਰੱਖ ਦੇਣਾ ਆ ਅਤੇ ਨਾਲ ਹੀ ਥੋੜ੍ਹਾ ਜਿਹਾ ਆਪਾਂ ਓਇਲ ਲਾ ਲੈਣਾ ਆ ਮੈਂ ਥੋੜ੍ਹਾ ਜਿਹਾ ਇੱਕ ਚਮਚਾ ਰਵਾ ਸੋਰੀ ਓਇਲ ਲਿਆ ਹੋਇਆ ਅਤੇ ਇਹਨੂੰ ਆਪਾਂ ਹੁਣ ਮਿਕਸ ਕਰ ਦਾਂਗੇ ਅਤੇ ਇਹਨੂੰ ਮਿਕਸ ਕਰਕੇ ਇਹਨੂੰ ਅੱਧਾ ਘੰਟਾ ਆਪਾਂ ਰੱਖ ਲੈਣਾ ਆ ਉਸ ਤੋਂ ਬਾਅਦ ਆਪਾਂ ਗੋਲ ਗੱਪੇ ਬਣਾਉਣੇ ਸ਼ੁਰੂ ਕਰਾਂਗੇ ਮੈਂ ਇੱਕ ਮਿਕਸੀ ਜਾਲ ਵਿੱਚ ਪੁਦੀਨਾ ਲਿਆ ਹੋਇਆ ਥੋੜ੍ਹਾ ਜਿਹਾ ਚਾਰ ਕੁ ਮੈਂ ਲਸਣ ਦੀਆਂ ਕਣੀਆਂ ਲਈਆਂ ਹੋਈਆਂ ਔਰ ਚਾਰ ਹੀ ਛੋਟੇ ਛੋਟੇ ਪੀਸਾਂ 'ਚ ਮੈਂ ਅਦਰਕ ਲਿਆ ਹੋਇਆ ਇੱਕ ਮੈਂ ਹਰੀ ਮਿਰਚ ਲਈ ਹੋਈ ਆ ਥੋੜ੍ਹਾ ਜਿਹਾ ਆਪਾਂ ਮਸਾਲਾ ਪਾਵਾਂਗੇ ਨਮਕ ਆਪਾਂ ਪਾਵਾਂਗੇ ਇੱਕ ਚਮਚ ਸਵਾਦ ਅਨੁਸਾਰ ਔਰ ਇਹਨਾਂ ਨੂੰ ਆਪਾਂ ਗ੍ਰਾਇੰਡ ਕਰਦੇ ਹਾਂ ਆਪਣਾ ਕਰਾਰੀ ਚਟਨੀ ਦਾ ਕਾਂਜੀ ਦਾ ਮਿਕਸਰ ਬਣ ਕੇ ਤਿਆਰ ਹੋ ਗਿਆ ਵੇਖੋ ਅਤੇ ਹੁਣ ਆਪਾਂ ਇੱਕ ਪਾਸੇ ਛੋਟੀ ਜਿਹੀ ਬਾਲਟੀ ਲਈ ਹੋਈ ਇਹਦੇ 'ਚ ਪਾਣੀ ਪਾਵਾਂਗੇ ਠੰਡਾ ਜਿੰਨਾ ਕੁ ਆਪਾਂ ਨੂੰ ਪਾਣੀ ਚਾਹੀਦਾ ਨਾਲ ਹੀ ਮੈਂ ਭੁੰਨਿਆ ਚਾਟ ਮਸਾਲਾ ਥੋੜ੍ਹਾ ਜਿਹਾ ਭੁੰਨਿਆ ਹੋਇਆ ਜੀਰਾ ਇਹਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਆ ਆਪਣੀ ਕੜਾਹੀ ਦੀ ਚਟਨੀ ਬਣ ਕੇ ਤਿਆਰ ਹੋ ਗਈ ਹੈ ਵੇਖੋ ਕਲਰ ਵੀ ਬਹੁਤ ਵਧੀਆ ਮਿਰਚ ਮੇਰੇ ਮਿਰਚੀ ਦੇ ਵਿੱਚ ਠੀਕ ਸੀ ਨਮਕ ਘੱਟ ਸੀ ਮੈਂ ਥੋੜ੍ਹਾ ਜਿਹਾ ਨਮਕ ਪਾਇਆ ਆ ਅਤੇ ਨਾਲ ਹੀ ਵਿੱਚ ਆ ਬੂੰਦੀ ਇੱਕ ਪਕੌੜੀਆਂ ਦਾ ਪੈਕਟ ਪਾਵਾਂਗੇ ਬੂੰਦੀ ਦਾ ਅਤੇ ਆਪਾਂ ਜਦੋਂ ਆਪਾਂ ਗੋਲ ਗੱਪੇ ਖਾਣੇ ਉਦੋਂ ਹੀ ਤਾਜ਼ੀ ਤਾਜ਼ੀ ਪਾਵਾਂਗੇ ਫਿਰ ਇਹਦਾ ਸਵਾਦ ਆਏਗਾ ਨਾਲ ਹੀ ਹੁਣ ਮੈਂ ਇੱਕ ਜਰਜੀਰੇ ਦਾ ਪੈਕਟ ਲਿਆ ਹੋਇਆ ਉਹ ਵਿੱਚ ਪਾਵਾਂਗੇ ਇਹਦੇ ਨਾਲ ਵੀ ਸਵਾਦ ਬਹੁਤ ਵਧੀਆ ਆਉਂਦਾ ਸਕਾਂਜੀ ਦਾ ਹੁਣ ਆਪਾਂ ਇਹਨੂੰ ਫਰਿੱਜ ਵਿੱਚ ਰੱਖ ਦੇਣੇ ਠੰਡਾ ਅਤੇ ਆਪਾਂ ਗੋਲ ਗੱਪੇ ਸ਼ੁਰੂ ਕਰਦੇ ਹਾਂ ਵੇਲਣੇ ਆ ਮੈਂ ਥੋੜ੍ਹੇ ਜਿਹੇ ਕਾਲੇ ਚਨੇ ਲਏ ਆ ਥੋੜ੍ਹੇ ਜਿਹੇ ਆਲੂ ਦੋ ਕੁ ਅਤੇ ਇੱਕ ਮੈਂ ਪਿਆਜ਼ ਲਿਆ ਹੋਇਆ ਆ ਇਹਨਾਂ ਸਾਰਿਆਂ ਨੂੰ ਹੁਣ ਆਪਾਂ ਜਿਹੜਾ ਥੋੜ੍ਹਾ ਜਿਹਾ ਆਪਣਾ ਕੋਲ ਕਾਂਜੀਦਾਰ ਹੈਗਾ ਸੀ ਪੁਦੀਨੇ ਦਾ ਉਹ ਆਪਾਂ ਵਿੱਚ ਥੋੜ੍ਹਾ ਜਿਹਾ ਪਾਵਾਂਗੇ ਇਹਦਾ ਬਹੁਤ ਸੋਹਣਾ ਕਲਰ ਵਗੈਰਾ ਆ ਜਾਂਦਾ ਨਾਲ ਹੀ ਆਪਾਂ ਥੋੜ੍ਹਾ ਜਿਹਾ ਚਾਟ ਮਸਾਲਾ ਪਾਵਾਂਗੇ ਵਿੱਚ ਮਿਕਸ ਕਰ ਆ ਦੇਖੋ ਮੈਂ ਹੱਥ ਨਾਲ ਥੋੜ੍ਹਾ ਜਿਹਾ ਮੈਚ ਕਰ ਲਿਆ ਸਭ ਕਿੰਨੇ ਵਧੀਆ ਉਸੇ ਤਰ੍ਹਾਂ ਹੀ ਬਣੇ ਹੋਏ ਆ ਜਿਸ ਤਰ੍ਹਾਂ ਬਾਜ਼ਾਰੀ ਲੱਗ ਹੁੰਦੇ ਆ ਗੋਲ ਗੱਪਿਆਂ ਦੇ ਨਾਲ ਛੋਲੇ ਮਿਲਦੇ ਆ ਅੱਧਾ ਘੰਟਾ ਹੋ ਗਿਆ ਆ ਹੁਣ ਆਪਾਂ ਬੈਟਰ ਵੇਖਦੇ ਹਾਂ ਬਹੁਤ ਵਧੀਆ ਤਿਆਰ ਹੋਇਆ ਆ ਹੁਣ ਆਪਾਂ ਇੱਕ ਪੇੜਾ ਲੈਣਾ ਇਹਦਾ ਢੱਕ ਦਿੰਦੇ ਹਾਂ ਰੋਟੀ ਦੀ ਤਰ੍ਹਾਂ ਆਪਾਂ ਬਣਾ ਲੈਣਾ ਫਿਰ ਉਹਨੂੰ ਆਪਾਂ ਕਿਸੇ ਕੋਲੀ ਜਾਂ ਕਿਸੇ ਚੀਜ਼ ਦੀ ਢੱਕਣ ਦੀ ਮਦਦ ਨਾਲ ਆਪਾਂ ਛੋਟੇ ਛੋਟੇ ਪੀਸ ਕੱਟ ਲੈਣਾ ਹੈ ਗੋਲ ਗੱਪਿਆਂ ਦਾ ਸਾਈਜ਼ ਦੇ ਦੇਣਾ ਆਪਾਂ ਜਿੱਦਾਂ ਕਿ ਤੁਸੀਂ ਦੇਣਾ ਚਾਹੁੰਦੇ ਹੋ ਆਹ ਇੱਕ ਮੈਂ ਢੱਕਣ ਲਿਆ ਹੋਇਆ ਉਹਦੀ ਮਦਦ ਨਾਲ ਆਪਾਂ ਛੋਟੇ ਛੋਟੇ ਰਾਊਂਡ 'ਚ ਗੋਲ ਗੱਪੇ ਕੱਟਾਂਗੇ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਜਾਂ ਤਾਂ ਫਿਰ ਛੋਟੀਆਂ ਛੋਟੀਆਂ ਗੋਲੀਆਂ ਲੈ ਕੇ ਉਹਨੂੰ ਵੀ ਕਰ ਸਕਦੇ ਹੋ ਕਦੀ ਮਦਦ ਨਾਲ ਕੀਤੀਆਂ ਹੀ ਨਹੀਂ ਤਾਂ ਆਪਾਂ ਛੋਟੀਆਂ ਛੋਟੀਆਂ ਗੋਲੀਆਂ ਲੈ ਕੇ ਨਾ
गोलगप्पे दे साइज़ दी ना तो आपां फिर आ तुसीं जाणो देखो अपना गोलगप्पे की शेप आ गई है गोल। मेरी मदद लई जीवा आद नीर आई हैं वेखो किडे फास्ट फास्ट वेलदियाँ पेखो मिनटो मिनट किन्ने करते हैं कोई व्डा कोई छोटे गोलगप्पे बना रही हैं इन्हें गोलगप्पे का ज़्यादा ही चा है ना खाने का तो इस करके कहते छेती छेती साढ़े मूँह च पै जाए गोलगप्पे तो मिनट मिनट गोलगप्पे खा लगे है ना नीरा नीरत रूप इधर देखियो अपनी जीवा नीरा लगी हुई मिनट मिनट अपने गोलगप्पे भी बन के तैयार हो गए तो हूँ अपना तेल भी गर्म आ देखते हैं कि बनते एक पाया बेच मैं वह गोलगप्पा अपना फोलदा तो नहीं ये अपना पौड़ी वांगू फुल के तैयार हो गया हाँ देखो अपने गोलगप्पे बनते पे तैयार होंगे पे आ बहुत ही वधिया तरह फुले फुले होंगे पे आ देखो अपने गोलगप्पे बन के बिल्कुल पूरी तरह तैयार हो चुके आ ते कुछ अपने वड्डे गोलगप्पे बने हुए आ बच्चियां ने बनाए हुए आ ते नाल ही अपने गोलगप्पे विच पाउण नूं छोले आलू ते नाल ही अपने रैड सॉस भी तैयार आ अपने करारी चटनी भी आ गई आ तो हूँ ये आप पकौड़ियाँ पा देने अपनी कांजी तैयार हम आप गोलगप्पे तैयार करते हैं थोड़े थोड़े आप जो छोले तो आलू तो गंढे मिक्स किए हुए वो पावे हूँ आप रेड सॉस में पावे रेड सॉस देखो कि सोहनी बनी हुई है तैयार इनकी भी रेसिपी आप दसागे अगली वीडियो और मेरे गोलगप्पे टेस्ट कौन करूँगा विहान नीरा विहान करूँगा जेकर ये वीडियो पसंद आई हो सब्सक्राइब कर दियो।